ਮਾਨਯੋਗ ਡੀਸੀ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਦੀ ਅਗਵਾਈ ਵਿੱਚ ਅਸੀਂ ਸਵੀਪ ਐਕਟੀਵਿਟੀ ਕਰਵਾ ਰਹੇ ਹਾਂ ਅਤੇ ਇਸ ਐਕਟੀਵਿਟੀ ਦੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਸਾਰੇ ਆਪਣੇ ਜਿਹੜਾ ਰਾਈਟ ਟੂ ਵੋਟ ਹੈ ਉਹਦਾ ਵਰਤੋਂ ਕਰਦੇ ਹੋਏ ਸਾਰੇ ਵੋਟ ਪਾਓ ਅਤੇ ਇਸ ਇਲੈਕਸ਼ਨ ਨੂੰ ਸਕਸੈਸਫੁਲ ਬਣਾਓ। ਅਸੀਂ ਬਹੁਤ ਸਾਰੇ ਇੰਤਜ਼ਾਮ ਕੀਤੇ ਹੈ ਪਰ ਉਹ ਇੰਤਜ਼ਾਮ ਤਭੀ ਸਕਸੈਸਫੁਲ ਜੇ ਸਾਰੇ ਆਪਣੇ ਜਿਹੜਾ ਰਾਈਟ ਟੂ ਵੋਟ ਹੈ ਉਹਨੂੰ ਇੱਕ ਕਰਨਗੇ ਅਤੇ ਮੇਰੀ ਇਹੀ ਅਪੀਲ ਹੈ ਕਿ ਸਾਰੇ ਨੇ ਰਾਈਟ ਟੂ ਵੋਟ ਦਾ ਵਰਤੋਂ ਕਰਦੇ ਹੋਏ ਆਪਣੇ ਵੋਟ ਪਾਉਣ ਅਤੇ ਇਲੈਕਸ਼ਨ ਨੂੰ ਸਕਸੈਸਫੁਲ ਬਣਾਉਣ। ਥੈਂਕ ਯੂ। ਅੱਜ ਕਿਹੜੇ ਕਿਹੜੇ ਕਲਾਨੌਰ ਤੱਕ ਜੀ ਪੂਰੀ ਇਵੈਂਟ ਵਾਂ ਤੱਕ ਕੈਰੀ ਆਊਟ ਹੋਗਾ ਐਂਡ ਆਈ ਐਮ ਵੈਰੀ ਹੋਪਫੁਲ ਕਿ ਸਾਰੇ ਬੱਚੋਂ ਕੋ ਬਹੁਤ ਹੀ ਮੋਟੀਵੇਸ਼ਨ ਮਿਲੇਗੀ ਔਰ ਸਿਰਫ ਬੱਚੋਂ ਕੋ ਹੀ ਨਹੀਂ ਈਵਨ ਉਨਕੇ ਪੇਰੈਂਟਸ ਰਿਲੇਟਿਵਸ ਹਰ ਇੱਕ ਸਿਟੀਜ਼ਨ ਕੋ ਇੱਕ ਮੋਟੀਵੇਸ਼ਨ ਮਿਲੇਗੀ ਤਾਂ ਕਿ ਉਹ ਆਪਣਾ ਜੋ ਵੋਟ ਹੈ ਉਹ ਕਾਸਟ ਕਰ ਸਕੇ। ਜੀ ਪਿੰਡ ਜਿਹੜਾ ਕਲਾਨੌਰ ਦੇ ਵਿੱਚ ਪਿੰਡ ਡੇਰੀਵਾਲ 'ਚ ਜਿਹੜਾ ਪ੍ਰੋਗਰਾਮ ਰੱਖਿਆ ਸੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਨੇ ਆਉਣਾ ਸੀ ਇਲੈਕਸ਼ਨ ਕਮਿਸ਼ਨ ਦੀਆਂ ਕੁਛ ਹਦਾਇਤਾਂ ਦੇ ਕੁਛ ਮੀਟਿੰਗਾਂ ਕਰਕੇ ਟਾਈਮ ਜਿਹੜਾ ਵਾ ਉਹ ਬਦਲਣ ਕਰਕੇ ਨਹੀਂ ਆ ਸਕੇ। ਉਹਨਾਂ ਨੇ ਐਸਟੀਐਮ ਮੈਡਮ ਜੀ ਨੂੰ ਭੇਜਿਆ ਵਾ ਔਰ ਅਸੀਂ ਸਾਰੀ ਸਵੀਪ ਦੀ ਟੀਮ ਵੀ ਇੱਥੇ ਆਏ ਹਾਂ ਔਰ ਗੁਰਦੀਪ ਸਿੰਘ ਬਾਜਵਾ ਜੀ ਦਾ ਜਿਹੜਾ ਸਾਰੇ ਇੱਥੇ ਉਹਨਾਂ ਨੇ ਘੋੜੇ ਘੋੜੀਆਂ ਦਾ ਬੜਾ ਅੱਛਾ ਇੱਕ ਬਣਾਇਆ ਵਾ ਸਾਰਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ। ਅਸੀਂ ਸਾਰਿਆਂ ਨੇ ਇਹੋ ਸੁਨੇਹਾ ਦੇ ਰਹੇ ਹਾਂ ਕਿ ਸਾਰੇ ਵੱਧ ਤੋਂ ਵੱਧ ਜਿਹੜੀਆਂ ਨੇ ਵੋਟਾਂ ਪਾਓ ਔਰ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਬੂਥ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਜਿਹੜੀ ਸਾਡੀ ਪਰਸੈਂਟੇਜ ਜਿਹੜੀ ਉਹ 70 ਤੋਂ ਹੋਵੇ। ਉਹ ਮੈਸੇਜ ਜਿਹੜਾ ਵੋਟਾਂ ਦਾ ਦੇਣ ਵਾਸਤੇ ਅਸੀਂ ਜਿਹੜਾ ਵਾ ਘਰ ਘਰ ਮੁਹੱਲਿਆਂ 'ਚ ਪਿੰਡ ਵਿੱਚ ਸਕੂਲਾਂ ਦੇ ਵਿੱਚ ਆਪਣੀ ਪੂਰੀ ਜੀ ਜਾਂ ਮੇਰੀ ਟੀਮ ਨੇ ਜਿਹੜੀ ਮਿਹਨਤ ਹੋਈ ਆ ਮੈਂ ਆਸ ਕਰਦਾ ਕਿ ਵਧੀਆ ਫਰੂਟਫੁਲ ਜਿਹੜੇ ਰਿਜ਼ਲਟ ਸਾਡੇ ਵੱਲੋਂ ਪਿੰਡ ਏਰੀਆ ਵਾਲੇ ਦੇ ਵਿੱਚ ਰਾਈਡ ਰੱਖੀ ਗਈ ਘੋੜਿਆਂ ਦੀ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਘੋੜਿਆਂ ਨੂੰ ਸ਼ੌਂਕਾਂ ਵਿੱਚ ਜੋੜਨਾ ਚਾਹੁੰਦੇ ਹਾਂ ਅਤੇ ਇਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਘੋੜੀਆਂ ਰੱਖੋ ਅਤੇ ਰਾਈਡਾਂ ਕਰੋ ਸਾਡੇ ਨਾਲ। ਅੱਜ ਅਸੀਂ ਬੋਢ ਵਾਲਾ ਗੁਰਦੁਆਰਾ ਸਾਹਿਬ ਜਾਵਾਂਗੇ ਉਹ ਕਲਾਨੌਰ ਜਾਵਾਂਗੇ ਅਸੀਂ 20 ਕਿਲੋਮੀਟਰ ਰਾਈਡ ਕਰ ਰਹੇ ਹਾਂ ਅਤੇ ਇਸੇ ਤਰ੍ਹਾਂ ਸਾਰੇ ਇਲਾਕੇ ਵਿੱਚ ਘੋੜੇ ਰੱਖਣ ਦੀ ਅਪੀਲ ਕਰਾਂਗੇ। ਜਿਹੜੀਆਂ ਸਰ ਚੋਣਾਂ ਆ ਰਹੀਆਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੋਣਾਂ ਸੰਬੰਧਿਤ? ਚੋਣਾਂ ਵਿੱਚ ਸਰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜੀ ਅਤੇ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕੀਤਾ ਜਾਵੇ। ਜੀ ਆਪਣਾ ਜਿਹੜਾ ਮੇਨ ਮਕਸਦ ਸੀਗਾ ਇਹ ਨਸ਼ਿਆਂ ਨੂੰ ਆਪਣਾ ਲੜਕਿਆਂ ਨੂੰ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸੀ ਅਤੇ ਆਪਣਾ ਘੋੜਿਆਂ ਵੱਲ ਆਉਣ ਲਈ ਪ੍ਰੇਰਿਤ ਕਰਨ ਵਾਸਤੇ ਰੱਖਿਆ ਗਿਆ ਸੀ ਜੋ ਕਿ ਨਗਰ ਡੇਰੀਵਾਲ ਕਿਰਨ ਤੋਂ ਚੱਲ ਕੇ ਅਤੇ ਆਪਣਾ ਬੋੜੋ ਡਾਲਾ ਵਿਖੇ ਆਣ ਕੇ ਹੀ ਸਮਾਪਤ ਕੀਤਾ। ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਗਿਆ ਔਰ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਕੰਮ ਸਾਡਾ ਨੇਪਰੇ ਚੜਿਆ। ਭਾਅ ਜੀ ਅੱਜ ਕੱਲ੍ਹ ਮੇਲੇ ਚੱਲ ਰਹੇ, ਮੇਲੇ 'ਚ ਕਈ ਲੋਕ ਜਿਹੜੇ ਹੁੱਲੜਬਾਜ਼ ਕਰਕੇ ਟਰੈਕਟਰਾਂ 'ਤੇ ਵੱਡੇ ਵੱਡੇ ਸਪੀਕਰ ਲਾ ਕੇ ਲੋਕਾਂ ਨੂੰ ਮਤਲਬ ਖਰਾਬ ਕਰਦੇ, ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ? ਇਹ ਤਾਂ ਬਿਲਕੁਲ ਗਲਤ ਗੱਲ ਆ ਜੀ। ਜੇ ਆਪਾਂ ਸੇਵਾ ਭਾਵਨਾ ਨਾਲ ਗੁਰੂ ਘਰ ਜਾਣਾ ਵਾ ਤਾਂ ਸੇਵਾ ਭਾਵਨਾ ਨਾਲ ਜਾਣਾ ਚਾਹੀਦਾ। ਜੇਕਰ ਆਪਾਂ ਵੂਫਰ ਲਾ ਕੇ ਡੈਕ ਲਾ ਕੇ ਜਾਂਦੇ ਹਾਂ ਤਾਂ ਉਹ ਤਾਂ ਹੂੜ ਮਾਤਾ ਨਾ ਕਿ ਆਪਾਂ ਕੋਈ ਸੇਵਾ ਭਾਵਨਾ ਵਾਲਾ ਕੰਮ ਉਹ ਤਾਂ ਇੱਕ ਮੇਲੇ ਦਾ ਰੂਪ ਧਾਰ ਕੇ ਆਪਾਂ ਚੱਲ ਜਾਂਦੇ ਹਾਂ। ਜੇ ਗੁਰੂ ਘਰ ਜਾਣਾ ਵਾ ਤਾਂ ਬਿਲਕੁਲ ਨਿਮਾਣੇ ਹੋ ਕੇ ਜਾਓ ਔਰ ਸੰਗਤ ਦੇ ਰੂਪ 'ਚ ਜਾਓ। ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਦੇ ਹੋਏ ਸੁਤੰਤਰ ਨਿਰਪੱਖ ਸ਼ਾਂਤਮਈ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ ਵਰਗ ਜਾਤੀ ਭਾਈਚਾਰੇ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਲਈ ਵਰਤੋਂ ਕਰਾਂਗੇ। ਜੈ ਹਿੰਦ ਭਾਰਤ ਮਾਤਾ ਕੀ ਜੈ।